ਗਿੱਦੜਬਾਹ ਦੀ ਜ਼ਿੰਮੇਵਾਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਕੋਲ, ਪਰ ਸਿਰਫ ਉਹੀ ਨਹੀਂ ਸਗੋਂ ਇਹਦੇ ਨਾਲ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੇ ਇੱਕ ਮਾਤਰ MP ਵੀ ਨੇ ਬਠਿੰਡਾ ਤੋਂ। ਹੁਣ ਹਰਸਿਮਰਤ ਕੌਰ ਬਾਦਲ ਸਿਆਸੀ ਪੱਧਰ 'ਤੇ ਕੁਝ ਜ਼ਿਆਦਾ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ, ਖਾਸ ਕਰਕੇ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਨੇ ਔਰ ਇਸੇ ਵਾਸਤੇ ਉਹਨਾਂ ਦੇ ਉੱਤੇ ਕੁਝ ਪ੍ਰੋਟੋਕੋਲ ਵੀ ਨੇ ਜਿਹੜੇ ਅਮਲ 'ਚ ਲਿਆਉਂਦੇ ਜਾ ਰਹੇ ਨੇ, ਜਿਹੜੇ ਪ੍ਰੋਟੋਕੋਲ ਦੇ ਕਾਰਨ ਸੁਖਬੀਰ ਸਿੰਘ ਬਾਦਲ ਹੁਣ ਉਸ ਹਿਸਾਬ ਦੇ ਨਾਲ ਸਿਆਸਤ 'ਚ ਨਹੀਂ ਵਿਚਰ ਸਕਦੇ ਜਿਸ ਤਰ੍ਹਾਂ ਉਹ ਪਹਿਲਾਂ ਵਿਚਰ ਰਹੇ ਸੀ। ਦੂਜੇ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਸ਼ਾਇਦ ਐਂ ਲੱਗਦਾ ਜਿਵੇਂ ਸੁਖਬੀਰ ਸਿੰਘ ਬਾਦਲ ਦੀ ਕਮੀ ਭਰਦੇ ਨਜ਼ਰ ਆ ਰਹੇ ਹੈ, ਡਬਲ ਕੰਮ ਕਰਦੇ ਨਜ਼ਰ ਆ ਰਹੇ ਹੈ। ਡਬਲ ਕੰਮ ਤਾਂ ਖੈਰ ਸਿਆਸਤ ਵਿੱਚ ਵੀ ਕਰਨਾ ਪੈਣਾ ਕਿਉਂਕਿ ਬਠਿੰਡੇ ਦੀ MP ਦੀ ਵੀ ਜ਼ਿੰਮੇਵਾਰੀ ਹੈ ਅਤੇ ਦੂਜੇ ਪਾਸੇ ਗਿੱਦੜਬਾਹ ਦੀ ਚੋਣ ਮੁਹਿੰਮ ਦੀ ਕੈਂਪੇਨਿੰਗ ਇੰਚਾਰਜ ਕਿਉਂਕਿ ਲੱਗੇ ਨੇ। ਇਹੋ ਜਿਹੀ ਸਟੇਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਆਏ ਦਿਨ ਬਿਆਨ ਜਾਰੀ ਕਰਦੇ ਪਏ ਨੇ। ਹੁਣ ਹਰਸਿਮਰਤ ਕੌਰ ਬਾਦਲ ਵੱਲੋਂ ਦੁਬਾਰਾ ਇੱਕ ਬਿਆਨ ਜਾਰੀ ਹੋਇਆ, CM ਭਗਵੰਤ ਮਾਨ ਦੇ ਖਿਲਾਫ ਕੁਝ ਗੱਲਾਂ ਮਖਸੂਸ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹੀਆਂ ਨੇ ਔਰ ਦੁਬਾਰਾ ਭੜਕਦੇ ਨਜ਼ਰ ਆ ਰਹੇ ਨੇ। ਇਹੋ ਜਿਹਾ ਕੀ ਮਸਲਾ ਹੋ ਗਿਆ, CM ਭਗਵੰਤ ਮਾਨ ਨੇ ਕੀ ਕਰ ਦਿੱਤਾ ਇੱਦਾਂ ਦਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅਚਾਨਕ ਗੁੱਸਾ ਆ ਗਿਆ ਔਰ ਉਹ ਭੜਕ ਗਏ? ਆਓ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੂੰਹ ਹੀ ਸੁਣਦੇ ਹਾਂ। ਦੇਖੋ, ਲਾਨਤਾਂ ਭਗਵੰਤ ਮਾਨ ਅਤੇ ਉਹਦੀ ਸਰਕਾਰ ਨੂੰ, ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆਂ ਕੀਤੀਆਂ ਸੀਗੀਆਂ, ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ, ਕੋਈ ਧਰਨਾ ਨਹੀਂ ਲੱਗੂਗਾ, ਕੋਈ ਕੱਚਾ ਨਹੀਂ ਰਹੂਗਾ, ਵੱਡੀਆਂ ਵੱਡੀਆਂ ਹਸਪਤਾਲ ਸਕੂਲ। ਲੇਕਿਨ 3 ਸਾਲ ਹੋਣ ਨੂੰ ਆਏ ਨੇ ਅਤੇ 3 ਦਿਨ ਦਾ ਸੈਸ਼ਨ ਹੋਇਆ। ਇਹਨਾਂ 3 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੁਜ਼ਗਾਰੀ ਸਿਖਰਾਂ ਤਾਈਂ ਪਹੁੰਚੀ ਹੋਈ ਹੈ, ਕਿ ਪਿੰਡ ਪਿੰਡ ਦੇ ਗਲੀ ਗਲੀ ਦੇ ਨਸ਼ੇ ਪਹੁੰਚੇ ਹੋਏ ਨੇ, ਕਿ ਕਾਨੂੰਨ ਵਿਵਸਥਾ ਦਾ ਤਾਂ ਆਹ ਹਾਲ ਹੈ ਕਿ ਤੁਹਾਡੇ MLA ਨੂੰ ਧਮਕੀਆਂ ਆ ਰਹੀਆਂ ਨੇ। ਜੇ ਕੋਈ ਬਾਜ਼ਾਰ 'ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ, ਘਰ ਦੇ ਅੰਦਰ ਵੜ ਕੇ ਗੋਲੀਆਂ, ਮੁੱਖ ਮੰਤਰੀ ਸਾਹਿਬ ਨੂੰ ਖੁਦ ਬੁਲੇਟ ਪਰੂਫ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪੈ ਰਿਹਾ ਹੈ। ਇਹ ਕਾਨੂੰਨ ਵਿਵਸਥਾ ਦੇ ਹਾਲਤ, ਇਹਦੇ ਉੱਤੇ ਕੋਈ ਚਰਚਾ ਹੋਈ? ਚਰਚਾ ਤਾਂ ਲੋਕਾਂ ਦੇ ਮੁੱਦੇ 'ਚ ਕਿੱਥੇ ਹੋਈ ਕਿ ਦੀਵਾਨੀ ਪਿੰਡਾਂ ਨੂੰ ਗ੍ਰਾਂਟ ਨਹੀਂ ਗਈ? ਗਰੀਬਾਂ ਦੇ ਮਕਾਨਾਂ ਦੇ ਚੈੱਕ ਬੰਦ ਨੇ, ਗਰੀਬਾਂ ਦੇ ਫਲੱਸ਼ਾਂ ਦੇ ਚੈੱਕ ਬੰਦ ਨੇ, ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ, ਕੱਟ ਕੇ 30 ਕਿਲੋ ਦੀ ਕਣਕ ਨੂੰ ਤੁਸੀਂ 5 ਕਿਲੋ ਕਰਤਾ, ਬੱਚਿਆਂ ਦੇ ਵਜ਼ੀਫੇ ਬੰਦ ਨੇ, ਸ਼ਗਨ ਦੇ ਚੈੱਕ ਨਹੀਂ ਆ ਰਹੇ ਹੈਗੇ, ਮੁਆਵਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਿਹਾ, ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲ ਰਿਹਾ, MSP 'ਚ ਮੂੰਗੀ 'ਤੇ ਕਿੰਨੀ ਵੱਡੀਆਂ ਗੱਲਾਂ, ਕਿਸੇ MSP 'ਚ ਕੋਈ ਖਰੀਦ ਕੋਈ ਨਹੀਂ ਕਰ ਰਿਹਾ। ਇੰਨਾ ਵੱਡਾ ਕਿਸਾਨ ਦੀ ਜਥੇਬੰਦੀ ਉੱਥੇ ਧਰਨੇ 'ਚ ਬੈਠੀ ਹੈ, ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੁਣ ਪੂਰੇ 1 ਮਹੀਨੇ ਲੇਟ ਹੁਣ ਜਾ ਕੇ ਮਿਲੀ ਹੈ, ਅਤੇ ਕੱਲ੍ਹ ਤੁਹਾਡੇ ਵਿਧਾਨ ਸਭਾ 'ਚ ਜਿਹੜਾ ਤੁਸੀਂ CAG ਦੀ ਰਿਪੋਰਟ ਪੰਜਾਬ ਦੇ ਅਰਥ ਵਿਵਸਥਾ ਵਾਸਤੇ, ਜਿੱਥੇ ਇੰਨਾ ਕਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਵੱਧ ਕਰਜ਼ਾ ਚੜ ਗਿਆ, ਜੇ 100 ਰੁਪਏ ਦੀ ਕਮਾਈ ਹੈ ਤਾਂ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਕੇ, ਇਹ ਤਾਂ ਪਹਿਲੇ ਸਾਲ ਦਾ ਸੀਗਾ, ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆ ਹੈਗਾ। ਇਹ ਤੁਹਾਡੇ ਫੋਕੇ ਇਸ਼ਤਿਹਾਰਾਂ ਕਰਕੇ, ਜਿਹੜੀ ਤੁਹਾਡੀ ਫੋਕੀ ਗੱਲਾਂ ਹੈਗੀਆਂ, ਜਿਹਦੇ ਕਰਕੇ ਪੰਜਾਬ ਇਹੋ ਜਿਹਾ ਕਰਜ਼ੇ 'ਚ ਡੁੱਬ ਰਿਹਾ ਕਿ ਇੱਥੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਊਗਾ। ਅਤੇ ਮੈਂ ਹੈਰਾਨ ਹਾਂ ਕਿ ਇਹ ਮੁੱਖ ਮੰਤਰੀ ਨੂੰ ਇਕੱਲੇ ਵਿਰੋਧੀਆਂ ਨੂੰ ਭੰਡਣਾ, ਚੁਟਕਲੇ ਸੁਣਾਉਣਾ, ਕਦੇ ਤਾਲਾ ਚਾਬੀ ਲਾ ਦਾਂਗੇ, ਕਦੇ 25 ਸਾਲ ਇਹਨਾਂ ਦਾ, ਉਹਨਾਂ ਗੱਲਾਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਹੈ?